ऐसे ही रुक जा टोकरा, अपने भरा किसने काले पानी पहुंचाने वाले धोखेबाज डोगर नू मैं मां दे मुंह पहुंचाने तो पहला एक बार वेख ते लवा। हौली बोले धोखेबाजा, अज मैं सुनना नहीं, अज कुछ कहन आया। अपने घर दियां कन्ना पक्कियां करावां ते उच्चियां भी, ओए मैं तेनू किसने नार की यार मार दी है जी सजा देऊंगा कि मुड़ के कोई बेगैरत यार मार यारी दे ना ते कलंक ना ला सके। आसमान ते सूरज, जमीन ते पहाड़ ते मैदान विच जग्गा हर वे मौजूद रहने। मैनू तेरी सोए पापी, अज तो बाद जालिम ते पापी तेरे जीवने तो थर थर कंबिया करनगे। अज तो बाद पहचान दा दूजा ना होएगा क्यों ना मोर। ओए सप्प नू छड दिया ताकि तू मैनू फेर डंग मारे, तेरे सामने तेरे जुल्मां दा हीर खड़ा होया है ते मैं तेरे गुनाहां दी सजा। और तू मेरे परिवार को कटन वाला शैतान है ते मैं वो बंबा जो तेरे सिर से चलेगा तब तेरे पैरों का फर्श पाक जाएगा ते तेरे सिर की छत। ओए जे ना दस दिता तो धरती विच कटिया जाएगा बुढ़िया। ਗੱਲਾਂ ਨਾਲ ਮੈਦਾਨ ਤੇ ਤੱਕੇ ਦਿੱਤਿਆਂ ਪਹਾੜ ਨੂੰ ਤੈਂਦੇ ਸ਼ੇਰੂ। ਓਏ ਤੂੰ ਕੱਢੇ ਹੋਏ ਦੰਨਾ ਵਾਲਾ ਉਹ ਸੱਪੇ ਜਿਹਨੂੰ ਲੋਕ ਗਾਲ ਵਿੱਚ ਪਾ ਕੇ ਗਲੀ ਗਲੀ ਤਮਾਸ਼ਾ ਵਿਖਾਉਂਦੇ। ਬਹੁਤ ਸਤਿਕਾਰਯੋਗ ਵੀਰੋ, ਭੈਣੋ, ਬਜ਼ੁਰਗੋ, ਨੰਨੇ ਮੁੰਨੇ ਦੋਸਤੋ, ਮਾਤਾਓ, ਸਾਰਿਆਂ ਨੂੰ ਹੱਥ ਜੋੜ ਕੇ ਫਤਿਹ ਅਰਜ਼ ਕਰਦਾ ਜੀ। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਹਿੰਦੂ ਭਰਾਵਾਂ ਨੂੰ ਰਾਮ ਰਾਮ, ਮੇਰੇ ਮੁਸਲਮਾਨ ਭਰਾਵਾਂ ਨੂੰ ਅਸਲਾਮ ਅਲੈਕਮ। ਜਿਉਂਦੇ ਵਸਦੇ ਰਹੋ। ਸੂਰਮੇ ਯੋਧਿਆਂ ਦੀ ਧਰਤੀ ਰਾਜਸਥਾਨ ਤੇ ਰਾਜਸਥਾਨ ਦਾ ਇਹ ਸ਼ਹਿਰ ਸੰਗਰੀਆ, ਇਸ ਸ਼ਹਿਰ ਦੇ ਸਾਡੇ ਤੇ ਬੜੇ ਅਹਿਸਾਨ ਨੇ ਪੁਰਾਣੇ। ਮੇਰੀਆਂ ਬਹੁਤ ਸਾਰੀਆਂ ਫਿਲਮਾਂ ਦੀ ਸ਼ੂਟਿੰਗ ਇੱਥੇ ਹੋਈ ਹੈ ਔਰ ਤੁਸੀਂ ਹਮੇਸ਼ਾ ਸਾਨੂੰ ਬੜਾ ਮਾਣ ਦਿੱਤਾ ਹੈ। ਇਸ ਇਲਾਕੇ ਦੇ ਪਿੰਡਾਂ ਨੇ, ਇਸ ਸ਼ਹਿਰ ਨੇ, ਇੱਕ ਦੌਰ ਸੀ ਜਦ ਪੰਜਾਬ ਦੇ ਹਾਲਾਤ ਠੀਕ ਨਹੀਂ ਸੀ ਔਰ ਬੰਬੇ ਦੇ ਕਲਾਕਾਰ ਇੱਧਰ ਪੰਜਾਬ ਵਿੱਚ ਕੋਈ ਵੀ ਨਹੀਂ ਸੀ ਆਉਣ ਨੂੰ ਤਿਆਰ, ਤਾਂ ਉਸ ਵਕਤ ਇਸ ਸ਼ਹਿਰ ਨੇ, ਰਾਜਸਥਾਨ ਨੇ ਸਾਨੂੰ ਹਮੇਸ਼ਾ ਇੱਥੇ ਜਗ੍ਹਾ ਦਿੱਤੀ, ਸਾਡੀਆਂ ਸ਼ੂਟਿੰਗਸ ਕਰਵਾਈਆਂ, ਉਸ ਲਈ ਹਮੇਸ਼ਾ ਮੈਂ ਸ਼ੁਕਰੀਆ ਅਦਾ ਕਰਦਾ ਰਿਹਾ। ਮੈਂ ਨਿਵੇਦਨ ਕਰੂੰਗਾ ਸਾਰੇ ਗੁਰੂ ਕੇ ਜੀ ਸੇ, ਇਹ ਐਸੀ ਜਪਸਤ ਵਾਲੀ ਧਰਤੀ ਹੈ ਜਿਹੜੀ ਧਰਤੀ ਨੇ ਅਕਬਰ ਬਾਦਸ਼ਾਹ ਨੂੰ ਵੀ ਪੁੱਤਰ ਦੀ ਦਾਤ ਬਖਸ਼ੀ ਸੀ। ਅਸੀਂ ਵੀ ਤੁਹਾਡੇ ਸਾਹਮਣੇ ਹੱਥ ਜੋੜ ਕੇ ਸਾਡੇ ਭਰਾ ਲਈ, ਮੈਂ ਤੁਹਾਨੂੰ ਪਤਾ ਹੈ ਮੇਰਾ ਫਿਲਮ ਲਾਈਨ ਨਾਲ ਤਾਲੁਕ ਹੈ ਔਰ ਮੈਂ ਕਿਸੇ ਕੋਈ ਸਿਆਸਤਦਾਨ ਨਹੀਂ, ਨਾ ਹੀ ਉਸ ਤਰ੍ਹਾਂ ਮੈਨੂੰ ਗੱਲ ਕਰਨੀ ਆਉਂਦੀ ਹੈ ਜਿਸ ਤਰ੍ਹਾਂ ਸਟੇਜ ਤੇ ਕਰਨੀ ਚਾਹੀਦੀ ਹੈ। ਲੇਕਿਨ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਸਾਡੇ ਵੀਰ, ਮੇਰੇ ਕਰੀਬੀ ਰਿਸ਼ਤੇਦਾਰ ਸਰਦਾਰ ਗੁਰਦੀਪ ਸਿੰਘ ਜੀ ਚਾਹਪੀਣੀ, ਜਿਹੜੇ ਪਹਿਲਾਂ ਵੀ ਤੁਸੀਂ ਉਹਨਾਂ ਨੂੰ ਨਵਾਜ਼ਿਆ, ਇੱਜ਼ਤ ਦਿੱਤੀ ਹੈ ਔਰ ਹੁਣ ਫੇਰ ਅਸੀਂ ਬੇਨਤੀ ਕਰਨ ਆਏ ਹਾਂ, ਮੇਰੀ ਹਾਜ਼ਰੀ ਪ੍ਰਵਾਨ ਕਰਿਆ ਜੀ ਵੀਰੋ, ਜਿਸ ਤਰ੍ਹਾਂ ਤੁਸੀਂ ਪਹਿਲਾਂ ਬਹੁਤ ਮਾਣ ਬਖਸ਼ਿਆ ਔਰ ਸਾਡੇ ਵੀਰ ਸਰਦਾਰ ਗੁਰਦੀਪ ਸਿੰਘ ਜੀ ਚਾਹਪੀਣੀ ਨੂੰ MLA ਬਣਾਇਆ, ਇਸ ਵਾਰ ਜੇ ਤੁਸੀਂ ਫੇਰ ਮਿਹਰ ਕੀਤੀ ਤਾਂ ਮੈਨੂੰ ਯਕੀਨ ਹੈ ਕਿ ਉਹਨਾਂ ਦਾ ਰੁਤਬਾ ਤੁਸੀਂ ਹੋਰ ਉੱਚਾ ਕਰੋਗੇ ਜ਼ਰੂਰ। ਔਰ ਇੱਕ ਗੱਲ ਹੋਰ ਹੈ, ਜੇ ਉਹ ਮੇਰਾ ਰਿਸ਼ਤੇਦਾਰ ਸੀ, ਭਾਵੇਂ ਜੇ ਉਹ ਕਾਬਲ ਨਾ ਹੁੰਦੇ ਤਾਂ ਸ਼ਾਇਦ ਮੈਂ ਤੁਹਾਡੇ ਅੱਗੇ ਬੇਨਤੀ ਕਰਨ ਨਾ ਆਉਂਦਾ। ਉਹ ਇਸ ਤਰ੍ਹਾਂ ਦੇ ਇਨਸਾਨ ਨੇ ਕਿ ਅੱਧੀ ਰਾਤ ਨੂੰ ਭਾਵੇਂ ਕੋਈ ਆਵਾਜ਼ ਮਾਰੇ ਤਾਂ ਉਹ ਨਾਲ ਖੜਦੇ ਨੇ, ਹੁਣ ਅੱਜ ਉਹਨਾਂ ਨੂੰ ਜ਼ਰੂਰਤ ਹੈ, ਆਪਾਂ ਉਹਨਾਂ ਦੇ ਨਾਲ ਖੜਾਂਗੇ ਸਾਰੇ ਔਰ ਮੈਨੂੰ ਯਕੀਨ ਹੈ ਤੁਸੀਂ ਉਹਨਾਂ ਨੂੰ ਜਿਤਾ ਕੇ ਬਹੁਤ ਉੱਚੇ ਅਹੁਦੇ ਤੱਕ ਪਹੁੰਚਾਉਣਾ ਹੈ। ਠੀਕ ਹੈ ਜੀ, ਇਹ ਤਾਂ ਹੋ ਗਈ ਹੁਣ ਗੱਲ, ਹੁਣ ਦੱਸੋ ਕੋਈ ਡਾਇਲੋਗ ਸੁਣਾਵਾਂ। ਅਸਮਾਨ ਤੇ ਸੂਰਜ, ਜ਼ਮੀਨ ਤੇ ਪਹਾੜ ਤੇ ਮੈਦਾਨ ਵਿੱਚ ਜੱਗਾ ਹਰ ਵੇਲੇ ਮੌਜੂਦ ਰਹਿੰਦੇ। ਮੈਨੂੰ ਤੇਰੀ ਸੋਏ ਭਾਬੀ, ਅੱਜ ਤੋਂ ਬਾਅਦ ਜ਼ਾਲਿਮ ਤੇ ਪਾਪੀ ਤੇਰੇ ਜਿਉਣੇ ਤੋਂ
बड़ी बड़ी मेहरबानी। ओए सप्प नू छड्ड दिया ताकि तू मैनू फिर डंग मारे, तेरे सामने तेरे जुल्मां दा अखीर खड़ा होया है ते मैं तेरे गुनाहां दी सजा। और तू मेरे परिवार नू कढ़न वाला शैतान है ते मैं ओ बंबा जो तेरे सिर ते चलेगा तब तेरे पैरां दा फर्श पाक जाएगा ते तेरे सिर की छत फीती फीती हो जाएगी। बहुत बहुत शुक्रिया। जे ना दस दिता तो धरती विच गड्या जाएगा बुढ़िया। गलां नाल मैदान ते तके दित्या पहाड़ नहीं तेंदे शेरू। ओए तू कड्डे होए दन्ना वाला ओ सप्पे जिनू लोग गाल विच पा के गली गली तमाशा विखाउंदे। बहुत शुक्रिया, थैंक यू सो मच। और दसो कि मैंने याद कर लें तो यार मैं ना बेनती करना आया सी थोड़े सामने। ओए ते रुक जा डोगरा, अपने भरा किसने नू काले पानी पहुंचाउण वाले धोखेबाज डोगर नू मैं मां दे मुंह पहुंचाउण तो पहला एक बार वेख ते लवां। हौली बोले धोखेबाज, अज मैं सुनन नहीं अज कुछ कहण आया। अपने घर दियां कन्नां पक्कियां करा लै ते उच्चियां वी। ओए मैं तैनू किसने नाल कीती यार मार दी इह जी सजा देऊंगा कि मुड़ के कोई बेगैरत यार मार यारी दे नां ते कलंक ना ला सके। बहुत बहुत शुक्रिया। मैडम जी आ गए है जी। बहुत बहुत शुक्रिया, मेरी हाजरी प्रवान करे जी ते साडे भरा नूं मान बख्शे। बहुत बहुत शुक्रिया, थैंक यू।